ਵੇਲੇ ਹੀ ਮਾਰਨਿੰਗ ਗੁੱਡ ਬਾਬੇ ਉਹ ਨਾਈਟ ਦੇ ਵਿੱਚ ਮਾਰਨਿੰਗ ਗੁੱਡ ਤੇ ਆਪਾਂ ਆ ਗਏ ਆ ਬਾਹਰ ਤੇ ਭਾਜੀ ਹੁਣੀ ਸਬਜ਼ੀ ਲੈ ਕੇ ਲੱਗਦੇ ਆ ਤੇ ਮੰਡੀ ਦਾ ਪਤਾ ਲੱਗਦਾ ਸ਼ੇਰਾਂ ਨੇ ਚੋਰ ਖਾਦੇ ਹੋਏ ਨੇ ਇੱਥੇ ਸ਼ਿਕਾਰੀ ਹੁੰਦਾ ਇੱਕ ਚਿੱਟੇ ਰੰਗ ਦਾ ਕੁੱਤਾ ਹੁੰਦਾ ਉਹ ਘੇਰ ਨਾ ਲਵੇ ਨਹੀਂ ਇਹ ਨਾ ਕਿਹਾ ਨਾ ਕਿ ਕਨੈਕਟਰ ਰੱਖਿਆ ਕਨੈਕਟਰ ਰੱਖਿਆ ਇਹਦੇ ਕਰਕੇ ਘੇਰਾ ਨਹੀਂ ਪਿਆ ਤੇ ਓਏ ਅੱਖ ਦੀ ਪੈਰੀ ਲਾਈ ਦੇ ਲੈਟ ਅੱਖਾਂ 'ਚ ਪੈਣ ਨਹੀਂ ਹੁੰਦੀ ਓਏ ਸਾਲਿਆ ਮੋਟਾ ਓਏ ਚੱਲ ਮੋਟਾ ਸਾਲਿਆ ਰਾਤ ਦੇ ਕਿੰਨੇ ਵਜ ਰਹੇ ਨੇ ਪਤਾ ਨਹੀਂ 3 ਕਿੰਨੇ ਵਜ ਰਹੇ ਨੇ 10 ਸ਼ਰਮ ਕਰੋ 10 ਵਜਣ ਦੇ ਨੇ ਤੇ एप्पल भाजी हेलो हेलो कौन बोल रहा है ले मेरी गल करा तुसी कौन बोल रहे हैं दसो किन्नु फोन मिलाया ओ भरावा रॉन्ग नंबर ला लिया तै हां रॉन्ग ला लिया तै ओ के उन्हें एको कहना भी सुद्दू नु फोन मिलाया फिर इन्हें कहना हां मैं ही हां मैं ही बोलदा राशन कार्ड फड़ा दी राशन ले जाई 10 किलो ए भी उतो चवल जड़ा फोन नहीं करना निकल गया ਉਹ ਪੱਥਰੀ ਦਾ ਮਰੀਜ਼ ਆ ਕਿਹੜਾ ਕਰੇ ਨੂੰ ਉਹ ਤੂੰ ਹੈ ਕੌਣ ਉਹ ਸੈਂਟੀ ਨੂੰ ਛੱਡ ਤੂੰ ਰੌਣਕਾਂ ਤੇ ਲੱਗ ਗਿਆ ਤੂੰ ਸੈਂਟੀ ਨੂੰ ਜਾਣਦਾ ਸੈਂਟੀ ਨਹੀਂ ਜਾਣਦਾ ਤਾਂ ਤੈਨੂੰ ਕਹਿ ਤਾ ਰੌਂਗ ਨੰਬਰ ਫੇਰ ਮਲਾਈ ਜਾਂਦਾ ਪਾਗਲ ਸਾਲਾ ਚਵਲ ਵਲੌਗ ਮਾਰ ਦੇ ਵਲੌਗ ਮਾਰ ਦੇ ਇਹ ਤੇ ਕੀ ਲਗਾਈ ਜਾਂਦਾ ਹੈਂਡਲ ਲਗਾਈ ਜਾਂਦਾ ਵਾ ਅੱਛਾ जो ए नाल होवे माड़ा ही चलदा ਆਹੋ ਇੱਕ ਤੇ ਦੀ ਬ੍ਰੇਕ ਵੀ ਨਹੀਂ ਬੜੀ ਡੀ ਓਏ ਓ ਓਏ ਆ ਕਿੱਥੇ ਫੜਾਤਾ ਜੀ ਉਹ ਮੌਤ ਦੇ ਕੂਏ ਚ ਮੋਟਰਸਾਈਕਲ ਚਲਾਣ ਵਾਲੇ ਨੂੰ ਕੱਲ ਮੇਰਾ ਮੋਟਰਸਾਈਕਲ ਟੁੱਟ ਗਿਆ ਵਾ ਓਏ ਓਏ ਤੂੰ ਮੌਤ ਦੇ ਕੂਏ ਚ ਮੋਟਰਸਾਈਕਲ ਚਲਾਉਂਦਾ ਸੀ ਹੈ ਕਿਹੜਾ ਮੋਟਰਸਾਈਕਲ ਟੁੱਕਿਆ ਦਾ ਮੌਤ ਆ ਕੱਲ ਮੇਰੇ ਓਏ ਆ ਮੌਤ ਦੇ ਕੂਏ ਦਾ ਏਮਪਲੋਈ ਲੱਗਣ ਡਿਆ ਮੈਨੂੰ ਮੇਲੇ ਮੂਲੇ ਚ ਜਾ ਵੀਰ ਤੇ ਚਿਹਰਾ ਆ ਗਿਆ ਹੁਣੇ ਤੁਸੀਂ ਆਈਫੋਨ ਚ ਦੇਖੀ ਨਾ ਤਾਂ ਕਰਕੇ ਤੁਹਾਨੂੰ ਲੱਗਦਾ ਵੀ ਇਹ ਬੜਾ ਸੋਹਣਾ ਕੋਈ ਪੱਥਰ ਟਾਈਪ ਦਾ ਹੈਗਾ शब्दावली सुधार अपनी मैं चपेड़ मार के कड़ल पा देना होना चल मोटरसाइकिल चला जाना कि आइसक्रीम टप गया वा चल चल कटो कट ती वालियां तीन करा कटो कट मैक्सिमम तेरी शर्त आया भावे मोटरसाइकिल रख जाए इत्थे केड़ा अपना है केड़ा अपना है आधार ही मंगया तू ये कट केड़ी गलो साला एडा के बेइज्जती होनी जदो अगले व्लॉग च नहीं देखना बेइज्जती होनी होनी आ की गल एक दिन नहीं लिया भाई ओ मैन चेक 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 कर मैनू मीनू कितना ब्रेक ही लेगा होनी मीनू 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 देख रहा वा
ਜਿੱਦਾਂ ਬ੍ਰੇਕ ਹੀ ਲਏਗਾ ਟੁੱਟੀ ਫਰੂਟੀ ਦੀ ਤੇਰੀ ਸ਼ਕਲ ਨਾ 10 ਰੁਪਏ ਵਾਲੀ ਆ ਤੂੰ 30 ਵਾਲੀਆਂ ਲੈ ਤਾ ਵੀ ਫੀਸਟ ਹੈਗੀ ਆ ਲੈ ਤੂੰ 3 ਮੈਂ 10 ਰੇੜੀਆਂ ਲਾਉਂਦਾ ਰਿਹਾ ਹੁਣ ਸਨੈਪਚੈਟ ਬਣਾ ਲਈ ਗੁੱਡ ਨਾਈਟ ਸਨੈਪਚੈਟ ਨਹੀਂ ਚੱਲੇ ਨਹੀਂ ਆ ਹੁਣ ਆਏ ਆ ਤੇ ਆਪਾਂ ਤੁਹਾਨੂੰ ਦਿਖਾ ਦਈਏ ਚੋਕੋ ਚਿਪਸ ਔਰ ਭਈਆ ਠੀਕ ਹੋ ਆਪਣੇ ਬਜਟ ਵਿੱਚ ਹੈ ਹੈ ਉਹਨੇ ਮਿਲੇਗੀ ਟੰਡੀ ਬੋੜੀ ਇਕੱਠਾ ਕਰਕੇ ਚੱਲਾ ਵਾ ਬਣਾ ਰਹੇ ਅੰਕਲ ਪੁੱਛ ਲੈ ਪਹਿਲਾਂ ਜਾ ਕੇ ਉਹਨੇ ਤੇਰੇ ਮੂੰਹ ਦੇਖ ਕੇ ਨਾ ਕਰਤੀ ਲਾਲੀ ਅੰਕਲ ਨੇ ਅੰਕਲ ਕਿਤਨੇ ਕੀ ਹੈ ਇੱਕ ਅੱਛਾ 30 ਕੀ ਪਲੇਟ ਕਿੰਨੇ ਦੀ ਖਵਾਏਗਾ ਫਿਰ ਤੂੰ 10 ਦੀ ਖਵਾ ਦੇ 10 ਕੀ ਏਕ ਲਗਾ ਦੋ ਫਿਰ ਹੈ 10 ਕੀ ਏਕ ਉਹ 10 ਕੀ 3 ਲਗਾ ਦੋ ਸੌਰੀ ਮਤਲਬ ਦੇਂਗੇ ਇਹੀ ਅੰਕਲ ਡਿੱਕਿਆ ਸੀ ਇਹੀ ਅੱਛਾ ਅੱਛਾ ਉਹ ਠੀਕ ਹੈ ਅੰਕਲ ਜੀ ਰਹਿਣ ਦੋ ਕੋਈ ਬਾਤ ਨਹੀਂ ਆਪ ਖਿਲਾਓ ਬੀਵੀ ਬੱਚੋ ਖਿਲਾਓ ਆਪ ਯਾਰ ਅਚੇ ਤੱਕ ਆਇਆ ਟੇਡਾ ਹੋ ਕੇ ਸਟਾਰਟ ਹੁੰਦਾ ਅੰਕਲ ਦੇਖੋ ਯਾਰ ਕਿਵੇਂ ਬੰਦੇ ਮੋਟਰਸਾਈਕਲ ਲੈ ਲੈਤੇ ਚਲਾਉਣਾ ਇਹਨੂੰ ਆਤਾ ਨਹੀਂ ਹੈ ਦੇਖੋ ਅੰਕਲ ਆਪ ਬਤਾਓ ਦੇਖੋ ਸਿਆਣੇ ਬੰਦੇ ਹੋ ਕੀ ਅਕਲ ਆਈਏ ਦੱਸ ਅੰਕਲ ਸਿਆਣੇ ਬੰਦਿਆਂ ਦੀ ਅਕਲ ਦੱਸ ਓਏ ਤੁਸੀਂ ਸਿਆਣੇ ਲੱਗਦੇ ਮੈਨੂੰ ਸਮਝਾਓ ਇਹਨੂੰ ਉਹ ਚੱਕਣਾ ਨਹੀਂ ਅੰਕਲ ਵਿਚਾਰੇ ਨੇ ਪੀਤੀ ਹੋਈ ਸੀ ਅਸੀਂ ਕਿਹਾ ਟਿੱਕਿਆਂ 'ਚ ਕਿਤੇ ਦਾਰੂ ਹੀ ਨਾ ਪਾ ਦੇਵੇ ਅਸੀਂ ਇੱਥੇ ਰੁਲਦੇ ਫਿਰੀਏ ਅੰਕਲ ਨੇ ਪੀਤੀ ਹੋਈ ਸੀ ਮੈਂ ਅੰਕਲ ਦਾ ਸ਼ੁਕਰ ਮੇਲਾ ਲਾ ਲਿਆ ਮੱਛਰ ਨੂੰ ਗਾਲਾਂ ਕੱਢਣ ਦੇ ਦੱਸੋ ਮੱਛਰ ਦਾ ਕੋਈ ਪਰਿਵਾਰ ਨਹੀਂ ਹੈਗਾ ਮੱਛਰ ਦਾ ਕੋਈ ਪਰਿਵਾਰ ਨਹੀਂ ਹੈਗਾ ਤੂੰ ਦੱਸ ਮੱਛਰ ਦਾ ਕੋਈ ਪਰਿਵਾਰ ਨਹੀਂ ਹੈਗਾ ਸਿਆਣੇ ਬੰਦੇ ਲੱਗਦੇ ਮੈਨੂੰ ਦੇਖੋ ਤੁਸੀਂ ਸਿਆਣੇ ਲੱਗ ਰਹੇ ਹੋ ਮੱਛਰ ਦਾ ਪਰਿਵਾਰ ਨਹੀਂ ਹੈਗਾ ਇਸੇ ਗੱਲ ਤੇ ਸਬਸਕ੍ਰਾਈਬ ਕਰੋ ਨਾ ਸਿਆਣੇ ਹੋ ਤਾਂ ਜੇ ਕੀਤਾ ਹੋਇਆ ਤੇ ਦੁਬਾਰਾ ਨਾ ਕਰ ਦਿਓ ਹੁਣ ਸਬਸਕ੍ਰਾਈਬ ਹੋ ਜਾਂਦਾ ਤੂੰ ਦੱਸ ਮੱਛਰ ਦਾ ਪਰਿਵਾਰ ਨਹੀਂ ਹੁੰਦਾ ਉਹਨੂੰ ਗਾਲਾਂ ਕਰਦਾ ਪਿਆ ਆ ਦੇਖੋ ਜਿੱਦਾਂ ਕੁੱਕਰ ਦੀ ਸੀਟੀ ਮਾਰੀ ਹੁੰਦੀ ਕੁੱਕਰ ਚੋਂ ਉਧਾਰ ਤੋਂ ਮੰਗਣਾ ਕਿੱਥੇ ਆ ਤੈਨੂੰ ਦੇਣਾ ਕੌਣ ਉਧਾਰ ਜਾ ਕੇ ਫ੍ਰੀਜਰ ਚੱਕ ਲਓ ਮੈਂ ਕਿਹਾ ਰੇਟ ਤੇ ਦੇਖ ਲਾ ਕਹਿੰਦਾ ਕੋਈ ਗੱਲ ਨਹੀਂ ਇਹਨੂੰ ਪਤਾ ਸੀ ਮੀਸਲੇ ਨੂੰ ਵੀ 30 ਦੀ ਆ ਇੱਥੇ ਪੜ੍ਹਨੀ ਸ਼ੁਰੂ ਵੀ ਕਰ ਗਏ ਤੇ ਮੈਂ ਹਾਲੇ ਵਲੋਗਾਂ 'ਚ ਉਲਝੀ ਆਇਆ ਚਲੋ ਠੀਕ ਆ ਮੈਂ ਵੀ ਚੱਕ ਲਵਾਂ ਇੱਥੇ ਉਹਨੇ ਗੱਲ ਹੋ ਰਹੀ ਸੀ ਕਹਿੰਦਾ ਵੀ ਇਹ ਮੈਨੂੰ ਦੱਸਦਾ ਕਹਿੰਦਾ ਵੀ ਗੱਡੀ ਧੋਣ ਆਉਂਦਾ ਰੋਜ਼ ਅਤੇ 500 ਰੁਪਏ ਲੈਂਦਾ ਮਹੀਨੇ ਦਾ ਮੈਂ ਕਿਹਾ ਕਾਫੀ ਠੀਕ ਰੇਟ ਲੈਂਦਾ ਵਾ 500 ਰੁਪਏ ਮਹੀਨੇ ਦਾ ਜਾਇਜ਼ ਆ ਅਤੇ ਆਹ ਪਤਾ ਵਿੱਚੋਂ ਕੀ ਕਹਿੰਦਾ ਕਹਿੰਦਾ ਮੈਨੂੰ ਮੇਰਾ ਪਿਓ ਦੇ ਦੇਵੇ ਮੈਂ ਰੋਜ਼ ਕਰ ਦਿਆ ਕਰਾਂ ਗੱਲ ਤਾਂ ਵੈਸੇ ਤਾਂ ਠੀਕ ਆ ਲੇਕਿਨ ਆ ਕੰਮ ਮੈਂ ਨਹੀਂ ਕਰ ਸਕਦਾ ਯਾਰ ਮੈਨੂੰ ਛੱਤ ਧੋਣ ਦੀ ਉਹਦੀ ਪ੍ਰੋਬਲਮ ਆ ਜਾਂਦੀ ਆ ਯਾਰ ਤੂੰ ਛੋਟਾ ਨਾ ਗੱਲ ਛੋਟਾ ਵਾ ਤੇ ਗੱਡੀਆਂ ਉੱਚੀ ਆ ਤੂੰ ਧੋਤੇ ਹੀ ਤੇ ਛੱਤ ਧੋਤੀ ਯਾਰ ਇਹ ਵਿੱਚੋਂ ਹੱਥ ਪਾ ਗਏ ਨਹੀਂ ਧੋ ਰਹੀ ਹਾਂ ਉਹੀ ਤਾਂ ਕਹਿ ਰਿਹਾ ਤੂੰ ਫਿਰ ਮੇਰੀ ਬੇਇੱਜ਼ਤੀ ਕਦੇ ਕਰਨਾ ਸਿੱਧਾ ਸੋਚ ਰਹਾ ਨਹੀਂ ਵੀ ਯਾਰ ਗੱਡੀ ਰੱਖ ਦੇ ਇਹਦੀ ਗੱਡੀ ਛੱਤ ਧੋਣੀ ਸਭ ਤੋਂ ਸੌਖੀ ਆ ਨੀਵੀਂ ਜੀ ਛੱਤ ਭਰਾਵਾ ਵਧੀਆ ਸਡਾਨ ਗੱਡੀ ਹੁੰਦੀ ਆ ਦੱਸ 500 ਰੁਪਏ ਮਹੀਨਾ ਜਾਇਜ਼ ਆ ਵੀਰ ਥੋੜ੍ਹਾ ਵਧਾਓ ਤੁਸੀਂ ਇਹੋ ਜਿਹਾ ਤਾਂ ਵੱਧ ਲਿਆ ਕਰੋ ਜਿਹੜੇ ਆਪ ਪੱਲੇਦਾਰ ਲੱਗਦੇ ਨਾ ਉਹਨਾਂ ਤੋਂ ਵੱਧ ਲਿਆ ਕਰੋ ਲਾਈਕ
ਕਿਤੇ ਚਾਰਲੀ ਚਾਪਲੀਆਂ ਨੂੰ ਮੁੱਛ ਮੁੜਦਾ ਮੁੱਛ ਮੁੜ ਕੇ ਸਾਈਂ ਜਰਾ ਦੋਵੇਂ ਹੱਥ ਲਾ ਦਿੰਦਾ ਉਹ ਵਾਓ ਕ੍ਰਿਸ ਪਹਿਲੋ ਜੇ ਆਏ ਤਾਂ ਮਿਲ ਬਾਟ ਕੇ ਖਾਏ ਚੱਲ ਅਸ਼ਮਾ ਤੇਰੀ ਦਿਹਾਨੀ ਨਾ ਵਿੱਚ छोटा जिथे बैठा पहला जिथे बैठे उ ਬੈਠਾ ਦੇਖੋ ਕਿੱਥੇ ਆ ਮੋਟਰਸਾਈਕਲ ਦੀ ਅੱਧਾ ਦੇ ਬਾਹਰ ਇੱਥੇ ਸਲੀਟ ਮੁੱਕਦੀ ਇੱਥੇ ਹੀ ਬਹਿਣਾ ਸ਼ੁਰੂ ਕਰਦਾ ਰੁਕੋ ਕਰ ਲਾ ਸਟਾਰਟ ਇਹਨੂੰ ਹੁਣ ਕਿੱਧਰ ਹੁਣ ਪਾ ਲੈ ਬਸ ਵਲੋਗ ਪੂਰਾ ਕਰੀਏ ਘਰੇ ਚੱਲੀਏ ਉਹ ਪਏ ਉਹ ਮਾਰਤਾ 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 ਚਾ ਬੇਜ ਅਸੀਂ ਵੀ ਕੰਪੀਟੀਸ਼ਨ ਛੱਡਤਾ ਪਿੱਛੋਂ ਕਿੱਥੇ ਆ ਗਿਆ ਵਾ ਇਹ ਤੇ ਮੇਰੇ ਘਰ ਦਾ ਮਹੱਲਾ ਲੱਗਦਾ ਪਿਆ ਮੈਨੂੰ ਰੁਕਦਾ ਚੱਲ ਘਰ ਦੇ ਬਾਹਰ ਲਾ ਬਲੌਗ ਚੈੱਕ ਕਰਾਂਗੇ ਲੋ ਵੀ ਅਸੀਂ ਉਧਰੋਂ ਕੁੱਤਿਆਂ ਤੋਂ ਬਚਦੇ ਸੀ ਚੁਟਕੀਆਂ ਦੇ ਦਿੰਦੇ ਆ ਕੀ ਗੱਲ ਤੇਰੇ ਟੱਪਰਦੇ ਆ ਨਹੀਂ ਚੁਟਕੀਆਂ ਕਿਉਂ ਮਾਰਨ ਦਿਆ ਤੇਰੇ ਟੱਪਰਦੇ ਨੇ ਅੱਖਾਂ ਚ ਲਾਈਟ ਹੀ ਪੈਣੀ ਹੋਰ ਤੇਰੇ ਸੌਸ ਮਾਰਵਾ ਤੇਰੇ ਟੱਪਰਦੇ ਸੀ ਚੁਟਕੀਆਂ ਮਾਰਨ ਡਿਆ ਸੀ ਜੇ ਪੈ ਜਾਂਦੇ ਫੇਰ ਹੋਰ ਰੋਬਿਨ ਦੇਖ ਲਾ ਤੇਰਾ ਫੁੱਪੜ ਬੈਠਾ ਹੀ ਆ ਸਾਰਾ ਤੇ ਨੰਗ ਨੰਗ ਜਾ ਇਹਨੂੰ ਕਹਿ ਰਿਹਾ ਇਹਨੂੰ ਮੇਰਾ ਫੁੱਪੜ ਉਹ ਦੇਖ ਲਾ ਆਯੁਸ਼ਮਾਨ ਉਹ ਜਾ ਸਾਰਾ ਉਹ ਲਾਈਕ ਲਈ ਜਾਂਦਾ ਓਏ ਹੌਲੀ ਚਲਾ ਭਰਾਵਾ ਓਏ ਰੋਬਿਨ ਤੇ ਨਾ ਚਲਾ ਯਾਰ ਰਾਤ ਦਾ ਟਾਈਮ ਆ ਰੋਬਿਨ ਰਾਤ ਦਾ ਟਾਈਮ ਆ ਹੌਲੀ ਚਲਾ ਤੇ ਚਪੇੜਾ ਮਾਰਨੀਆ ਮੈਂ ਹੁਣ ਦੁਸਾਂ ਚਲਾ ਮੈਨੂੰ ਮੈਂ ਚਪੇੜਾ ਮਾਰੂੰ ਰੋਬਿਨ ਤੇ ਹੌਲੀ ਆ ਮੈਨੂੰ ਨਹੀਂ ਭਰੋਸਾ ਫੇ ਤੇਰੀ ਟੋਪੀ ਕਿੱਥੇ ਜਾਂਦੀ ਆ ਮੈਨੂੰ ਨਹੀਂ ਪਤਾ ਫੇਰ ਮਾਰੀ ਮਾਰੀ ਗੱਡੀਆਂ ਚ ਵੱਜੀਆਂ ਗੱਡੀਆਂ ਨੇ ਗੱਡੀਆਂ ਡੇਢ ਕਿਲੋ ਅੱਗੇ ਲੈ ਮੈਟ ਥੱਲੋਂ ਰੋਡਾਂ ਕੱਢੀਆਂ ਨੇ ਚਲੋ ਰੋਡਾਂ ਕਿਸੇ ਦਿਨ ਹੋਰ ਕੱਢੀਆਂ ਰੋਡਾਂ ਤੇ ਪੁੱਤ ਕਿਸੇ ਹੋਰ ਦੇ ਨਿਕਲੀਆਂ ਸੀ ਰੋਡਾਂ ਚਲੋ ਆ ਹੁਣ ਆਪਾਂ ਮੇਨ ਰੋਡ ਵੱਲ ਨੂੰ ਪਾ ਲਿਆ ਵਾ ਐਚ ਪੀ ਦਾ ਪੈਟਰੋਲ ਪੰਪ ਤੇ ਆਪਾਂ ਚੱਲ ਰਹੇ ਸਰੰਦ ਓਏ ਐਚ ਪੀ ਆਈ ਬੁੱਗੇ ਐਚ ਪੀ ਆਈ ਕੀ ਦੀਏ ਹੈ ਐਚ ਬੁੱਗੇ ਐਚ ਪੀ ਆਏ ਸੀਗੇ ਬੁੱਗੇ ਐਚ ਪੀ ਆਏ ਸੀ ਇਹਦੇ ਚਪੇੜਾ ਇੱਥੇ ਹਨੇਰਾ ਹੈਗਾ ਤਾੜ ਕੇ ਮਾਰੀਏ ਕਿਉਂ ਹੈ ਨਹੀਂ ਹਨੇਰਾ ਹੈਗਾ ਇੱਥੇ ਤਾੜ ਕੇ ਮਾਰਦੇ ਤੇ ਚਪੇੜਾ ਵੀ ਐਸੇ ਜਾ ਨਹੀਂ ਸਕਦੇ ਭਾਜੀ ਹਨੇਰਾ ਦੇਖੋ ਕਿੱਡਾ ਇੱਥੇ ਜਾ ਸਕਦੇ ਆ ਦੇਖਿਆ ਜਾ ਸਕਦੇ ਆ ਦੇ ਸਾਹਮਣੇ ਜਾ ਕਰਦੇ ਆ ਦੇ ਸਾਹਮਣੇ ਨਹੀਂ ਨਾ ਜਾ ਸਕਦੇ ਨਾ ਨਹੀਂ ਨਾ ਨਿਕਲ ਸਕਦੇ ਆਪਾਂ ਭਾਜੀ ਕੀ ਕਰ ਰਹੇ ਹੋ ਤੁਸੀਂ ਤੁਸੀਂ ਕੀ ਕਰ ਰਹੇ ਹੋ ਭਾਈ ਮੈਂ ਕਿਹਾ ਨਾਲ ਹੀ ਸ਼ਮਸ਼ਾਨ ਘਾਟ ਨਾਲ ਹੀ ਇੱਥੇ ਸ਼ਮਸ਼ਾਨ ਘਾਟ ਆ ਨਾਲ ਹੀ ਗੁਰਦੁਆਰਾ ਸਾਹਿਬ ਦੱਸੋ ਤੇ ਕਾਹਦਾ ਕਾਹਦਾ ਡਰ ਆ ਉਹ ਬੰਦਾ ਇੱਕ ਸਾਈਕਲ ਤੇ ਆਂਦਾ ਸੀ ਮੈਂ ਕਿਹਾ ਪੂਤ ਐਡਵਾਂਸ ਹੋ ਕੇ ਮੈਂ ਕਿਹਾ ਕੈਂਚੀ ਤੇ ਆਉਣ ਲੱਗੇ ਸੋਲਾ ਇੱਕ ਦਾ ਆਰ 15 ਦਾ ਨਾ ਵੇਖ ਲਾ ਸਕੇ ਕੁੱਬਾ ਜਾ ਹੋ ਕੇ ਐ ਜਾ ਹੋ ਕੇ ਦੁਬਾਰਾ ਕਰੀ ਪੋਜਿਆ ਬਣਾਈ ਐ ਹੋ ਕੇ ਮੈਨੂੰ ਲੱਗਦਾ ਵੀਰ ਜੀ ਵਲੌਗ ਬਹੁਤ ਲੰਬਾ ਹੋ ਗਿਆ ਹੈ ਨਾ ਠੀਕ ਆ ਹੁਣ ਕੱਟ ਕਰ ਦੇ ਹੁਣ ਇਹਨੂੰ ਆਪਾਂ ਇੱਥੇ ਬੰਦ ਕਰਦੇ ਆ ਠੀਕ ਆ ਰਾਤੀ ਬੜੀ ਲਹਿਰ ਆ ਗਈ ਸੀ ਮੈਨੂੰ ਬੜਾ ਬੜੇ ਦਿਨ ਹੋ ਗਏ ਸੀ ਵਲੌਗ ਨਹੀਂ ਪਾਇਆ ਮੈਂ ਕਿਹਾ ਪਾ ਦਈਏ ਘਿਓ ਖਾਦਾ ਸੀ ਘਿਓ ਖਾਦਾ ਸੀ ਦਾਲ ਚ ਪਾ ਕੇ ਮੈਂ ਕਿਹਾ ਮੈਂ ਵਲੌਗ ਹੌਲੀ ਚਲਾ ਤੈਨੂੰ ਸੁਰ ਸੁਰ ਦੀ ਆਵਾਜ਼ ਆਏਗੀ ਇੱਥੇ ਮੈਂ ਕਿਹਾ ਵਲੌਗ ਪਾ ਦਈਏ ਬੜੇ ਦਿਨ ਹੋ ਗਏ ਨਹੀਂ ਪਾਇਆ ਸੀ ਤੇ ਚਲੋ ਇਸ ਵਲੌਗ ਦੀ ਆਪਾਂ ਇੱਥੇ ਐਂਡਿੰਗ ਕਰਦੇ ਹਾਂ ਉਮੀਦ ਕਰਦੇ ਹਾਂ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਚੈਨਲ ਦਾ ਸਬਸਕ੍ਰਾਈਬ ਅੱਜ 30 ਤਰੀਕ ਹੈਗੀ ਆ ਦੇਖਦੇ ਹਾਂ ਵਲੌਗ ਕਦੋਂ ਪੈਂਦਾ ਵਾ ਇੱਕ ਹੋਰ ਵਲੌਗ ਹੈਗਾ ਆਪਾਂ ਲੇਟ ਪਾ ਦਾਂਗੇ ਕੋਈ ਗੱਲ ਨਹੀਂ ਆ ਪਹਿਲਾਂ ਪਾ ਦੇਣਾ ਆਪਾਂ ਤੇ ਚਲੋ ਬਾਏ ਬਾਏ ਟਾਟਾ ਮਿਲਦੇ ਹਾਂ ਵਲੌਗ 'ਚ ਬਾਏ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਭਾਜੀ ਗੁੱਡ ਮਾਰਨਿੰਗ ਗੁੱਡ ਨਾਈਟ ਬਾਏ